कितने मम्मा बेचारे किचन को सॉरी कर मम्मा ए मम्मा गलती होगी मैं तो किन्ना प्यार कर दी मम्मा तेन तमन्ना है पुत तू एक मिनट च पुत गुस्सा होकर आ जाके टोटली उन्होंने गलत स्टोरी दस दी भी मेरी भैन मेरे नाल सी मैं असीं रामपुर तो आए हाँ यूपी तो भी मेरी भैन मैनू छड़ के चले गई भी सारा कुछ मेरा आधार कार्ड वगैरह भी वो को ही है मैं उन्होंने उड़ीक नहीं अजकल तो चंगे भरे कमला कर देंगे लोग है ना ये तो बच्ची सी बेचारी तो फिर उस गुरु रामदास महाराज जी की बड़ी कृपा भी दो दिन यह उत्थे रही अंदर ही नहीं 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 क्या करो पुत बारह साल की हैगी जिदा चौदह पंद्रह साल रही दसी मैं इन के मतलब कि रिपोर्टिंग लिखी कहते जाओ तुम अं देख लागे एदा क्या मतलब कितनी मिली है भाजी थोनू मेरी अचानक ही लंघ रहे थे हां जी दो तीन भाजी से कहते देखो की होया देखा जाके बेचारी रोन दी सी कुड़ी ठीक है सानू पता लगा नहीं सानू भी नहीं पता ठीक है भाजी ਅਸੀਂ ਸਾਰੇ ਥਾਣੇ ਗਏ ਇਸ ਕੁੜੀ ਬਾਰੇ ਕੁਝ ਕੰਪਲੇਂਟ ਲਿਖਵਾਉਣ ਬਟ ਥਾਣੇ ਵਾਲੇ ਸਾਨੂੰ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਸੋ ਇਹ ਆ ਸਾਡੀ ਪੰਜਾਬ ਪੁਲਿਸ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਦੀਪ ਕੌਰ ਤੇ ਇੱਥੇ ਕਿੱਦਾਂ ਪਹੁੰਚੇ ਇੱਥੇ ਮੈਨੂੰ ਦੀਦੀ ਲੈ ਕੇ ਆਏ ਸੀ ਦੀਦੀ ਕਹਿੰਦੇ ਸੀ ਕਿ ਘੁੰਮਣ ਜਾਣਾ ਆ ਕਿੱਥੋਂ ਆਏ ਹੋ ਤੁਸੀਂ ਆਪਾਂ ਯੂਪੀ ਤੋਂ ਨੰਬਰ ਯਾਦ ਆ ਕਿਸੇ ਦਾ ਦੀਦੀ ਦਾ ਚੇਤਾ ਆ ਦੀਦੀ ਦਾ ਚੇਤਾ ਆ ਪਰ ਨੰਬਰ ਲੱਗ ਨਹੀਂ ਰਿਹਾ ਹੈ ਨਾ ਤੁਹਾਡੇ ਆਈਡੀ ਪ੍ਰੂਫਸ ਕਿੱਥੇ ਨੇ ਦੀਦੀ ਕੋਲ दीदी गोली ने तो हम दीदी फोन नहीं चक रहे मम्मा पापा मम्मा पापा दी राखू भी नहीं कोई और रिश्तेदार दा नंबर याद है नहीं पंजाब च रहंदा कोई इत्थे तो मतलब घूमण आए सीगे घूमण आए सीगे तो दीदी छड़ के चले गए है ना क्या के गए से ਮੈਂ ਆਪਾਂ ਨਾ ਢਾਬੇ ਚ ਰੋਟੀ ਖਾਣ ਲੱਗੇ ਸੀਗੇ ਆਪਾਂ ਮਤਲਬ ਉੱਥੇ ਰੋਟੀ ਖਾਣੀ ਪਈ ਸੀ ਤੇ ਮੈਨੂੰ ਕਹਿੰਦੀ ਦੀਦੀ ਕਹਿੰਦੇ ਕਿ 10 ਮਿੰਟ ਰੁਕ ਜਾ ਤੇ ਮੈਂ ਆਨੀ ਆ ਤੇ ਫਿਰ ਆਏ ਨਹੀਂ ਤੇ ਦੀਦੀ ਆਧਾਰ ਕਾਰਡ ਵੀ ਨਾਲ ਲੈ ਗਈ ਨਾ ਹਾਂਜੀ वाहेगुरु जी का खालसा वाहेगुरु जी की फतेह जी ये बच्ची कल रात सानू मिली सी जलंधर तो जलंधर बस स्टैंड पर बैठी रो रही थी कल दिने दिशा भैन होनी है लुधियाने तो उन्होंने इनू ध्यान ना जहाँ देखा रोंदी नू तो फिर उन्होंने ढाई तीन घंटे दे कोले रुके रहे सानू कॉल की फिर असी अपने टीम के मैंबर नू भेजिया दमनप्रीत नू ते उत्थे वीर नू रिंकू नू फिर वह बच्ची नू इत्थे लैके आए तो फिर जो असं गल की पहले तो दसदी सी मैं यूपी की रहने वाली हाँ मैं घरों आई सी अपनी भैन दे नाल मेरी भैन मैनू छड्ड के चले गई है फिर हौली हौली इनू गलबात करके तो यदा पूरा एड्रैस असी पुछया फिर ये घर गल हुई अमृतसर मनजिंदर वीर नू असी घर भेजे अमृतसर तो हुण इन्हां दी फैमिली आई है सत श्री अकाल भाई जी ये कौन ने कित्थे मम्मा मिल चल के चलो सॉरी कर मम्मा नू कह मम्मा गलती होगी मेरे तो किन्ना प्यार कर दी मम्मा तेन तमन्ना है पुत तू एक मिनट च पुत गुस्सा होके आ गए इधर कौन ने ये कौन ने मिलो फिर आंटी को चलो तू आंटी दस दिन दी जाके भी आंटी मेनू मम्मी लड़दी आ इदा नहीं पुत स्टेप चक्की जा तमन्ना ਤਾਂ ਜੀ ਪਹਿਲਾਂ ਤੁਹਾਡਾ ਸ਼ੁਕਰੀਆ ਚਲੋ ਤੁਸੀਂ ਵੀ ਇੱਥੇ ਸਾਡੇ ਕੋਲ ਅਪਰੋਚ ਵੀ ਕੀਤੀ ਆ ਨਹੀਂ ਤਾਂ ਬਹੁਤ ਸਾਰੇ ਪਰਿਵਾਰ ਇਦਾਂ ਦੇ ਹੁੰਦੇ ਆ ਵੀ ਇਹੋ ਜਿਹੀ ਗੱਲ 'ਚ ਪਿੱਛੇ ਹੀ ਹਟ ਜਾਂਦੇ ਆ ਹੈ ਨਾ ਅਤੇ ਪਰ ਤੁਹਾਡੀ ਧੀ ਆ ਤੁਸੀਂ ਇਹਨੂੰ ਬੜੇ ਨਾਜਾਂ 'ਤੇ ਬੜੇ ਪਿਆਰਾਂ ਨਾਲ ਪਾਲਿਆ ਹੋਇਆ
ਅੱਜ ਕੱਲ੍ਹ ਬੱਚੇ ਛੋਟੀ ਜਿਹੀ ਗੱਲ ਤੋਂ ਹੀ ਮਾੜੀ ਜਿਹੀ ਗੱਲ 'ਤੇ ਗੁੱਸਾ ਹੋ ਕੇ ਨਾਰਾਜ਼ ਹੋ ਜਾਂਦੇ ਆ ਅਤੇ ਅਸੀਂ ਇਹਨੂੰ ਵੀ ਬਹੁਤ ਸਮਝਾਇਆ ਵੈਸੇ ਤੁਹਾਡੇ ਕੋਈ ਚੰਗੇ ਕਰਮ ਕੀਤੇ ਹੋਏ ਸੀ ਵੀ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਾਂਹ ਫੜੀ ਆ ਨਹੀਂ ਤਾਂ ਜਵਾਨ ਬੱਚੀ ਸੀ ਕਿੱਧਰ ਨੂੰ ਮੂੰਹ ਹੋ ਜਾਂਦਾ ਜਾਂ ਕੋਈ ਇੱਦਾਂ ਦਾ ਬੰਦਾ ਹੀ ਕੋਈ ਮਿਲ ਜਾਂਦਾ ਹੈ ਨਾ ਅੱਜ ਕੱਲ੍ਹ ਤਾਂ ਚੰਗੇ ਭਲੇ ਨੂੰ ਕਮਲਾ ਕਰ ਦਿੰਦੇ ਲੋਕ ਹੈ ਨਾ ਇਹ ਤਾਂ ਬੱਚੀ ਸੀ ਵਿਚਾਰੀ ਅਤੇ ਫਿਰ ਉਸ ਗੁਰੂ ਰਾਮਦਾਸ ਮਹਾਰਾਜ ਜੀ ਦੀ ਬੜੀ ਕਿਰਪਾ ਵੀ ਦੋ ਦਿਨ ਇਹ ਉੱਥੇ ਰਹੀ ਅੰਦਰ ਹੀ ਅਤੇ ਦੋ ਦਿਨਾਂ ਬਾਅਦ ਜਦੋਂ ਅੰਦਰੋਂ ਨਿਕਲੀ ਅਤੇ ਨਿਕਲਦੇ ਸਾਰ ਵੀ ਗੁਰੂ ਰਾਮਦਾਸ ਮਹਾਰਾਜ ਨੇ ਉਹ ਕੁੜੀਆਂ ਜਿਹੜੀਆਂ ਨੇ ਇਹਨੂੰ ਉੱਥੇ ਨਾ ਇਹ ਖੜੀ ਉਦਾਸ ਇੱਦਾਂ ਅੱਖਾਂ 'ਚੋਂ ਪਾਣੀ ਡਿੱਗੀ ਜਾਂਦਾ ਸੀ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਵੈਸੇ ਹੀ ਖੜੀ ਹੈ ਕੁੜੀ ਵੀ ਕੋਈ ਨਾਲ ਹੋਊਗਾ ਫਿਰ ਉਹ 20-25 ਮਿੰਟ ਖੜੀਆਂ ਦੇਖਦੀਆਂ ਰਹੀਆਂ ਇਹਨੂੰ ਸਾਈਡ 'ਤੇ ਵਾਚ ਕਰੀ ਗਈਆਂ ਲੁਧਿਆਣੇ ਦੀ ਸੀ ਭੈਣ ਉਹਦੀ ਦਿਸ਼ਾ ਭੈਣ ਦਾ ਨਾਂ ਉਹ ਸਾਡੇ ਨਾਲ ਵੀ ਜੁੜੇ ਹੋਏ ਆ ਫਿਰ ਉਹਨਾਂ ਨੇ ਉਹ ਦੇਖਿਆ ਵੀ ਇਕੱਲੀ ਹੋਈ ਹੈ ਫਿਰ ਉਹਨਾਂ ਨੇ ਇਹਦੇ ਕੋਲ ਜਾ ਕੇ ਪੁੱਛਿਆ ਫਿਰ ਇਹਨਾਂ ਨੇ ਜਾ ਕੇ ਟੋਟਲੀ ਉਹਨਾਂ ਨੂੰ ਗਲਤ ਸਟੋਰੀ ਦੱਸਤੀ ਵੀ ਮੇਰੀ ਭੈਣ ਮੇਰੇ ਨਾਲ ਸੀ ਮੈਂ ਅਸੀਂ ਰਾਮਪੁਰ ਤੋਂ ਆਏ ਹਾਂ ਉੱਥੋਂ ਯੂਪੀ ਤੋਂ ਵੀ ਮੇਰੀ ਭੈਣ ਮੈਨੂੰ ਛੱਡ ਕੇ ਚਲੇ ਗਈ ਵੀ ਸਾਰਾ ਕੁਛ ਮੇਰਾ ਆਧਾਰ ਕਾਰਡ ਵਗੈਰਾ ਵੀ ਉਹਦੇ ਕੋਲ ਹੀ ਹੈ ਮੈਂ ਉਹਨੂੰ ਉਡੀਕਦੀ ਹਾਂ ਉਹਦਾ ਫੋਨ ਵੀ ਇਹਨਾਂ ਨੇ ਇੱਕ ਨੰਬਰ ਲਿਖਾਇਆ ਉਹ ਬੰਦ ਆ ਰਿਹਾ ਸਵਿੱਚ ਆਫ ਆ ਰਿਹਾ ਸੀ ਨੰਬਰ ਇਹਨੇ ਹੈ ਨਾ ਅਤੇ ਉਹ ਫੋਨ ਫਾਨ ਲਾਇਆ ਫਿਰ ਉਹ ਵਿਚਾਰੀਆਂ ਨੇ ਟਰਾਈ ਕੀਤੀ ਪੁਲਿਸ ਥਾਣੇ ਲੈ ਗਈਆਂ ਇਹਨੂੰ ਡੈਡੀ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਮਿਲ ਪਾਪਾ ਨੂੰ ਚੱਲ ਪਾਪਾ ਨੂੰ ਮਿਲ ਨਹੀਂ 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 ਡਿੱਗਣਾ ਫੜੋ ਪੁੱਤ ਅੱਛਾ ਭੈਣ ਪਾਣੀ ਮੰਗਾਓ ਹੈਗਾ ਹੈਗਾ ਉਹ ਤਾਂ ਠੰਡਾ ਪਿਆ ਦੀਦੀ ਨੂੰ ਹੱਕ ਕਰ ਲਾ ਦੱਦੀ ਨੂੰ ਜੱਫੀ ਪਾ ਦੀਦੀ ਨੂੰ ਤਮੰਨਾ ਸਿਆਣੇ ਬਣ ਪੁੱਤ ਕੋਈ ਨਾ ਮੇਰੀ ਧੀ ਫਿਰ ਕੀ ਹੋ ਗਿਆ ਹੈਂ ਦੇ ਪਾਪਾ ਤੈਨੂੰ ਕਿੰਨਾ ਪਿਆਰ ਕਰਦੇ ਨੇ ਕੱਲ੍ਹ ਇੰਨੀ ਟੈਨਸ਼ਨ ਸੀ ਦੋ ਦਿਨਾਂ ਤੋਂ ਸਟਾਫ ਨੂੰ ਸੱਦਿਓ ਬਲੱਡ ਪ੍ਰੈਸ਼ਰ ਚੈੱਕ ਕਰਨਗੇ ਦੋ ਕੁ ਮਿੰਟ ਪਾਣੀ ਗਲ ਸਾਹ 'ਚ ਨਾ ਚਲੇ ਜਾਵੇ ਭੈਣੇ ਰੁਕ ਤਮੰਨਾ ਹੋਸ਼ ਕਰ ਪੁੱਤ ਹੋਸ਼ ਕਰ ਪੁੱਤ ਤੂੰ ਬਹੁਤ ਭਾਗਾਂ ਵਾਲੀ ਆ ਪਰ ਭੈਣੇ ਜਦੋਂ ਨਾ ਘਰ 'ਚ ਪ੍ਰੋਬਲਮ ਆਏ ਜੀ ਹੁਣ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਸੀਗੇ ਨਾ ਜਿਹਦੇ ਘਰ 'ਚ ਇੱਦਾਂ ਦੀ ਸਮੱਸਿਆ ਸਾਰਾ ਪਰਿਵਾਰ ਹੀ ਡਿਪਰੈਸ਼ਨ ਚਲੇ ਜਾਂਦਾ ਦੇਖੋ ਜੀ ਤੁਸੀਂ ਸਾਰੇ ਹੀ ਟੈਨਸ਼ਨ 'ਚੋਂ ਇਸ ਟਾਈਮ ਹੈ ਨਾ ਮੈਂ ਛੋਟੀ ਬੱਚੀ ਸੀ ਉਹ ਨਹੀਂ ਮੰਨ ਲਓ ਝੱਲ ਨਹੀਂ ਸਕੀ ਇਸ ਚੀਜ਼ ਨੂੰ ਹੈ ਨਾ ਉਸ ਪ੍ਰੈਸ਼ਰ ਨੂੰ ਹੁਣ ਆਪਾਂ ਵੀ ਕਈ ਵਾਰੀ ਗੁੱਸੇ 'ਚ ਆ ਜਾਂਦੇ ਹਾਂ ਘਰ 'ਚ ਆਮ ਗੱਲ ਹੀ ਹੈ ਕੋਈ ਐਡੀ ਵੱਡੀ ਗੱਲ ਵੀ ਹੈ ਨਹੀਂ ਉਹੀ ਗੱਲ ਆ ਵੀ ਬਹੁਤ ਭਾਗਾਂ ਵਾਲੇ ਆ ਬਹੁਤ ਇਹਦੇ ਕਰਮ ਚੰਗੇ ਦੁਬਾਰਾ ਜੀਵਨ ਮਿਲਿਆ ਇਹ ਕਿੰਨੀ ਤਰੀਕ ਨੂੰ ਘਰੋਂ ਆਈ ਹੈ ਵੀਰਵਾਰ ਵੀਰਵਾਰ ਫਿਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੱਲ੍ਹ ਸੰਡੇ ਸੀ ਹੈ ਨਾ ਕੱਲ੍ਹ ਸਾਨੂੰ ਸੰਡੇ ਨੂੰ ਮਿਲੀ ਹੈ ਮੰਨ ਲਓ ਵੀਰਵਾਰ ਦੀ ਰਾਤ ਸ਼ੁੱਕਰਵਾਰ ਦੀ ਰਾਤ ਸ਼ਨੀਵਾਰ ਦੀ ਰਾਤ ਇਹ ਦਰਬਾਰ ਸਾਹਿਬ ਰਹੀ 3 ਦਿਨ ਆਪਣੀ ਫਰੈਂਡ ਘਰ ਗਈ ਹੈ ਉਹਨੇ ਮੈਨੂੰ ਕਾਲ ਕੀਤਾ ਆਂਟੀ ਇਸ ਤਰ੍ਹਾਂ ਤਮੰਨਾ ਆਈ ਸੀ ਤਾਂ ਫਿਰ ਚਲੀ ਗਈ ਹੈ ਮੈਂ ਕਿਹਾ ਕਿਹੜੇ ਕਲਰ ਦੇ ਕੱਪੜੇ ਕਹਿੰਦੀ ਪਿੰਕ ਕਲਰ ਦੇ ਉਹਨੇ ਫਰੋਕ ਪਾਈ ਸਲੀਪਰ ਆਪਣੇ ਬਲੈਕ ਕਲਰ ਦੇ ਉਤਾਰ ਕੇ ਤੇ ਮੇਰੇ ਸਲੀਪਰ ਪਾ ਕੇ ਗਈ ਆ ਸਲੀਪਰ ਪਾਏ ਸੀ ਇਹਦੇ ਹਾਂ ਇਹ ਸਲੀਪਰ ਇਹਦੀ ਫਰੈਂਡ ਦੇ ਇਹ ਖੁਸ਼ੀ ਦੇ ਆ ਉਹਨਾਂ ਘਰ ਉਤਾਰ ਹੁਣ ਦੇਖੋ ਜੀ ਇੰਨਾ ਵੱਡਾ ਗਦਨ ਥੋੜੀ ਚੁੱਕੀ ਦਾ ਵਾ ਇਹਨੂੰ ਮੈਂ ਦੱਸਿਆ ਸਾਰੀਆਂ ਗੱਲਾਂ ਪੁੱਤ ਇੱਥੇ ਦੇਖੋ ਸਾਡੇ ਕੋਲ ਕਿੰਨੇ ਬੱਚੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਹੀ ਨਹੀਂ ਪੁੱਤ ਤੈਨੂੰ ਬਾਬਾ ਜੀ ਨੇ ਮੰਮੀ ਪਾਪਾ ਦਿੱਤੇ ਇੱਕ ਵਾਰੀ ਭੈਣ ਦੇਖ ਤੈਨੂੰ ਵੱਡੀ ਭੈਣ ਮਾਵਾਂ ਵਾਂਗੂ ਪਿਆਰ ਕਰਦੀ ਹੈ ਪੁੱਤ ਹੈ ਤਮੰਨਾ ਉਹ ਪੁੱਤ ਸਿਆਣਾ ਬਣ ਮੂੰਹ ਧੋ ਚੱਲ ਉੱਠ ਕੇ ਚੱਲ ਟੈਨਸ਼ਨ ਨਹੀਂ ਲੈਣੀ ਪੁੱਤ ਹੁਣ ਤਾਂ ਆ ਗਈ ਸਾਰੀ ਫੈਮਿਲੀ ਤੈਨੂੰ ਮਿਲ ਗਈ ਆ ਬਾਬਾ ਜੀ ਨੇ ਕਿਰਪਾ ਕਰਤੀ ਇਹਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ
ਜਿਹੜੇ ਤੂੰ 3 ਦਿਨ ਉੱਥੇ ਰਹੀ ਆ ਨਾ, ਬਾਬਾ ਜੀ ਨੇ ਕਿਰਪਾ ਕਰਤੀ ਤੇਰੇ ਤੇ। ਦੇਖੋ ਕਿੱਦਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਦੀ। ਕੋਈ ਅੱਲਾ, ਕੋਈ ਰਾਮ, ਕੋਈ ਵਾਹਿਗੁਰੂ, ਕੋਈ ਜੀਸ਼ੂ, ਕੋਈ ਭਗਵਾਨ, ਹਰ ਆਪੋ ਆਪਣੇ ਨਾਮ ਨਾਲ ਪੁਕਾਰਦਾ ਹਰੇਕ ਤੋਂ। ਉਹ ਸੱਚੇ ਪਾਤਸ਼ਾਹ ਭਗਵਾਨ, ਉਹ ਸ਼੍ਰੀ ਰਾਮ ਆਪਣੇ ਬੱਚਿਆਂ ਨੂੰ ਹਮੇਸ਼ਾ ਸਿਰ 'ਤੇ ਹੱਥ ਰੱਖ ਕੇ ਉਹਨਾਂ ਦੀ ਰੱਖਿਆ ਕਰਦੇ। ਅੱਜ ਇਸ ਪਰਿਵਾਰ ਨਾਲ ਵੀ ਇਸੇ ਤਰ੍ਹਾਂ ਹੀ ਪਰਿਵਾਰ ਦੇ ਸਿਰ 'ਤੇ ਹੱਥ ਰੱਖ ਕੇ ਇਹਨਾਂ ਦੀ ਲਾਡਲੀ ਧੀ ਨੂੰ ਵਾਪਸ ਦਿੱਤਾ ਬਾਬਾ ਜੀ ਨੇ। ਵੀਰਵਾਰ ਨੂੰ ਘਰੋਂ ਆਈ ਸੀ ਬੱਚੀ, ਵੀਰਵਾਰ ਦੀ ਰਾਤ, ਸ਼ੁੱਕਰਵਾਰ ਦੀ ਰਾਤ, ਸ਼ਨੀਵਾਰ ਦੀ ਰਾਤ, 3 ਰਾਤਾਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਹੀ ਬੱਚੀ ਕਹਿੰਦੀ ਮੈਂ ਸਾਈਡ 'ਤੇ ਲੋਕੇ ਕਿਤੇ ਇੱਧਰੋਂ ਇੱਧਰ ਇੱਧਰ ਉੱਥੇ ਕਹਿੰਦੀ ਮੈਂ ਅੰਦਰ ਰਹੀ। ਅਤੇ 3 ਦਿਨਾਂ ਬਾਅਦ ਇਹ ਘਰੋਂ ਨਿਕਲੀ ਆ ਕੇ ਪੁੱਤ ਚੱਕਰ। ਅਤੇ ਜਦੋਂ ਨਿਕਲੀ ਤਾਂ ਕਿੱਦਾਂ ਗੁਰੂ ਰਾਮ ਨੇ, ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰੀ। ਅੰਮ੍ਰਿਤਸਰ ਸਟੇਸ਼ਨ ਤੋਂ, ਬੱਸ ਸਟੈਂਡ ਤੋਂ ਬੱਸ ਚੜ੍ਹੀ, ਬੱਚੀ ਜਲੰਧਰ ਉੱਤਰ ਗਈ। ਅਤੇ ਜਲੰਧਰ ਉੱਤਰਦੇ ਸਾਰ ਹੀ ਉਹਨਾਂ ਭੈਣਾਂ ਨੇ ਪਹਿਚਾਣ ਲਿਆ ਇਹਨੂੰ, ਵੀ ਇਹ ਬੱਚੀ ਟੈਨਸ਼ਨ 'ਚ ਲੱਗਦੀ ਆ। ਅਤੇ ਉਹਨਾਂ ਨੇ ਸਾਡੇ ਨਾਲ ਸੰਪਰਕ ਕਰ ਲਿਆ। ਸਾਡੇ ਟੀਮ ਦੇ ਮੈਂਬਰ ਦਮਨ ਅਤੇ ਰਿੰਕੂ ਉੱਥੋਂ ਜਾ ਕੇ ਲੈ ਆਏ ਸਾਡੇ ਕੋਲ, ਪਹੁੰਚਾ ਤਾ। ਇਹਨੇ ਰਸਤੇ 'ਚ ਆਉਂਦੇ ਨੇ ਜਦੋਂ ਸਾਡੇ ਨਾਲ ਗੱਲ ਹੋਈ ਫੋਨ 'ਤੇ, ਇਹਨੇ ਦੱਸਿਆ ਵੀ ਮੈਂ ਅੰਮ੍ਰਿਤਸਰ ਤੋਂ ਹਾਂ, ਥੋੜ੍ਹਾ ਇਹਨੂੰ ਸਮਝਾਉਣ ਬੁਝਾਉਣ 'ਤੇ ਗੱਲ ਕਰਨ 'ਤੇ ਪਤਾ ਲੱਗਿਆ। ਅਤੇ ਮਨਿੰਦਰ ਵੀਰ ਜੀ ਦਮਨ ਦੇ ਜੀਜਾ ਜੀ, ਉਹ ਅੰਮ੍ਰਿਤਸਰ ਦੇ ਰਹਿਣ ਵਾਲੇ, ਉਹਨਾਂ ਨੂੰ ਅਸੀਂ ਐਡਰੈਸ ਦਿੱਤਾ, ਉਹ ਘਰ ਪਹੁੰਚ ਗਏ। ਘਰ ਇਹਨਾਂ ਦੀ ਮਦਰ ਨਾਲ ਗੱਲ ਹੋਈ, ਉਹ ਥਾਣੇ ਰਿਪੋਰਟ ਕਰਾ ਕੇ ਉਹਦੀ ਰਿਪੋਰਟ ਦੀ ਕਾਪੀ ਲੈਂਦੇ ਫਿਰਦੇ ਸੀ ਵਿਚਾਰੇ। ਪਰਿਵਾਰ ਤਾਂ ਸਾਰਾ ਹੀ, ਕਿਉਂਕਿ ਲਾਡਲੀ ਧੀ ਜਦੋਂ ਚਲੇ ਗਈ ਘਰ ਦੀ ਸੁੱਖ ਸ਼ਾਂਤੀ ਕਿੱਥੇ ਰਹਿ ਗਈ। ਫਾਦਰ ਸਾਹਿਬ ਪਹਿਲਾਂ ਹੀ ਡਿਪਰੈਸ਼ਨ ਦੇ ਵਿੱਚ ਨੇ, ਉਹ ਹੋਰ ਜ਼ਿਆਦਾ ਟੈਨਸ਼ਨ ਚਲੇ ਗਏ, ਬਲੱਡ ਪ੍ਰੈਸ਼ਰ ਵੱਧ ਗਿਆ। ਠੀਕ ਆ, ਠੀਕ ਠੀਕ ਹੈ, ਕੋਈ ਗੱਲ ਨਹੀਂ। ਉਦੋਂ ਨਿੰਬੂ ਪਾਣੀ ਮੰਗਵਾ ਕੇ ਕਿਹੋ ਸੁਖਮਨ। ਅਤੇ ਫਿਰ ਰਾਤ ਲੇਟ ਸੀਗੇ ਸਾਡੀ ਜਦੋਂ ਗੱਲ ਹੋਈ ਹੈ ਭੈਣ ਹੋਣਾਂ ਨਾਲ, ਅਤੇ ਇਹ ਕਹਿੰਦੇ ਵੀ ਅਸੀਂ ਸਵੇਰੇ ਆਵਾਂਗੇ। ਅਤੇ ਅੱਜ ਹੁਣ ਇਹ ਇੱਥੇ ਸਾਡੇ ਸੁਪਨਿਆਂ ਦੇ ਘਰ ਪਹੁੰਚੇ ਆ। ਅਤੇ ਅੱਜ ਤਮੰਨਾ ਆਪਣੇ ਮਾਂ ਨੂੰ ਲੈ ਦੇਖ ਕੇ, ਆਪਣੀ ਭੈਣ ਨੂੰ ਦੇਖ ਕੇ ਇਮੋਸ਼ਨਲ ਹੋ ਰਹੀ ਆ, ਆਪਣੇ ਫਾਦਰ ਨੂੰ ਦੇਖ ਕੇ ਤਾਂ ਆਪਣੇ ਪੈਰਾਂ 'ਤੇ ਵੀ ਨਹੀਂ ਖੜ੍ਹ ਸਕੀ, ਕਿਉਂਕਿ ਪਿਆਰ ਇਹਨੂੰ ਵੀ ਬਹੁਤ ਧੀ ਨੂੰ ਆਪਣੇ, ਕਿਉਂਕਿ ਹੁੰਦਾ ਹੀ ਆ, 7ਵੀਂ ਕਲਾਸ 'ਚ ਪੜ੍ਹਦੀ ਆ, ਹਜੇ 11-12 ਸਾਲ ਦੀ ਉਮਰ ਆ, ਪਰ ਘਰ ਦੀ ਸਟ੍ਰੈਸ ਇੰਨੀ ਜ਼ਿਆਦਾ, ਕਿਉਂਕਿ ਫਾਦਰ ਸਾਹਿਬ ਬੈੱਡ 'ਤੇ ਨੇ, ਡਿਪਰੈਸ਼ਨ 'ਚ ਨੇ, ਬੱਚਿਆਂ 'ਤੇ ਵੀ ਇਹਨਾਂ ਚੀਜ਼ਾਂ ਦੀ ਜਿਹੜੀ ਪਰਛਾਵਾਂ ਪੈਣ ਲੱਗ ਜਾਂਦਾ, ਅਤੇ ਉਹੀ ਚੀਜ਼ ਤਮੰਨਾ ਦੇ ਵਿੱਚ ਵੀ ਨਜ਼ਰ ਆਈ। ਪਰ ਅੱਜ ਤੁਹਾਡੀਆਂ ਦੁਆਵਾਂ ਦੀ, ਅਰਦਾਸਾਂ ਦੀ ਜ਼ਰੂਰਤ ਆ। ਅਰਦਾਸ ਕਰਿਓ ਸਾਡੀ ਧੀ ਪੜ੍ਹ ਲਿਖ ਕੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੇ, ਆਪਣੇ ਪਰਿਵਾਰ ਦਾ, ਆਪਣੀ ਭੈਣ ਜਿਵੇਂ ਉਹਦੀ ਜੋਬ ਕਰਦੀ, ਉਹਦੇ ਮੰਮੀ ਵੀ ਜੋਬ ਕਰਦੇ ਆ ਘਰ ਨੂੰ ਚਲਾਉਣ ਖਾਤਰ, ਇਹ ਵੀ ਬੱਚੀ ਪੜ੍ਹ ਕੇ ਆਪਣੇ ਪਰਿਵਾਰ ਨੂੰ ਹੋਰ ਅੱਗੇ ਲੈ ਕੇ ਜਾ ਸਕੇ। ਤੁਹਾਡੀਆਂ ਦੁਆਵਾਂ ਦੀ ਲੋੜ ਆ, ਤੁਹਾਡੀਆਂ ਅਰਦਾਸਾਂ ਦੀ, ਤੁਹਾਡੀਆਂ ਅਸੀਸਾਂ ਦੀ ਲੋੜ, ਕਿ ਜਨ ਕੀ ਅਰਦਾਸ ਬਿਰਥੀ ਨਾ ਜਾਏ। ਤੁਹਾਡੀਆਂ ਅਰਦਾਸਾਂ ਨੇ ਕੁਛ ਇਸ ਪਰਿਵਾਰ 'ਤੇ, ਇਸ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਲੀਜ਼ ਸਾਰੇ ਜਣੇ ਅਰਦਾਸ ਕਰਿਓ। ਅੱਜ ਇਹ ਆਪਣੇ ਘਰ, ਆਪਣੇ ਪਰਿਵਾਰ 'ਚ ਜਾ ਰਹੀ ਹੈ, ਇਹਦੇ ਫਾਦਰ ਸਾਹਿਬ ਵੀ ਵੀਲਚੇਅਰ 'ਤੇ ਨੇ, ਖੁਦ ਆਏ ਨੇ ਨਾਲ, ਮੰਮੀ ਆਈ ਹੈ ਨਾਲ। ਭੈਣ ਜੀ ਤੁਹਾਡਾ ਕੀ ਨਾਂ? ਕਿਰਨ ਸ਼ਰਮਾ। ਤੇਰਾ ਨਾਂ ਕੀ ਪੁੱਤ? ਰੀਮਾ ਸ਼ਰਮਾ। ਅਤੇ ਇਹਦਾ ਨਾਂ ਹੈਗਾ ਤਮੰਨਾ ਸ਼ਰਮਾ। ਫਾਦਰ ਸਾਹਿਬ ਦਾ ਨਾਂ ਹੈਗਾ ਸੁਨੀਲ ਕੁਮਾਰ ਸ਼ਰਮਾ। ਅਤੇ ਇਹ ਭੈਣ ਜੀ ਗੁਆਂਢੀ ਨੇ ਜੀ ਜੀ, ਆਪਾਂ ਪਹਿਲਾਂ ਵੀ ਮਿਲਦੇ ਹਾਂ, ਹਾਂ ਮੈਂ ਅੱਗੇ ਦੇਖੀ ਨਾ, ਮੈਂ ਭੈਣ ਨੂੰ ਦੇਖਿਆ ਲੱਗਦਾ। ਠੀਕ ਹੈ ਜੀ, ਚਲੋ ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ। ਇਹ ਭੈਣ ਹੁਣੀ ਪਹਿਲਾਂ ਹੀ ਸਾਡੇ ਨਾਲ ਹੈ ਨਾ ਜੁੜੇ ਹੋਏ, ਇਹਨਾਂ ਦੇ ਬੱਚੇ ਦੀ ਮੈਡੀਸਿਨ ਚੱਲਦੀ ਆ। ਅਤੇ ਅੱਗੋਂ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਅਤੇ ਖੇੜਿਆਂ ਨਾਲ ਜੀਵਨ ਬਤੀਤ ਕਰੇ ਪਰਿਵਾਰ, ਬਸ ਇਹੀ ਸਾਰੇ ਅਰਦਾਸ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਸੋ ਦੋਸਤੋ, ਕੀ ਕਹਿਣਾ ਚਾਹੋਗੇ ਸਰ ਸਾਰੀ ਘਟਨਾ ਬਾਰੇ? ਜ਼ਰੂਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸਣਾ। ਅਤੇ ਜੋ ਕੁੜੀ ਵੱਲੋਂ ਇਹ ਕਦਮ ਉਠਾਇਆ ਗਿਆ ਘਰੋਂ ਭੱਜਣ ਦਾ, ਇਸ ਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ ਹੈ? ਮਾਪਿਆਂ ਦਾ ਪ੍ਰੈਸ਼ਰ ਜਾਂ ਫਿਰ ਕੋਈ ਹੋਰ ਕਾਰਨ? ਜ਼ਰੂਰ ਆਪਣੀ ਰਾਏ ਕਮੈਂਟਾਂ ਦੇ ਵਿੱਚ ਸ਼ੇਅਰ ਕਰਨਾ। ਅਤੇ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ। ਅਤੇ ਕਮੈਂਟਾਂ ਦੇ ਵਿੱਚ ਮਨੁੱਖਤਾ ਦੀ ਸੇਵਾ ਅਤੇ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਦੇ ਲਈ 2 ਸ਼ਬਦ ਜ਼ਰੂਰ ਲਿਖਣੇ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ। ਅਤੇ ਹੁਣ ਸਾਨੂੰ ਦਿਓ ਇਜਾਜ਼ਤ ਮਿਲਾ।